Thank you.
परम रोवे हाथ पछोड़ी परम परम रोवे बिछोड़ा सुने दुख कबीर जी रचना तो जीवन दे नाल वापरन वाले रोज दे सवाल रोज दे ख्याल रोज दी शब्दावली जिहड़ी अज सानू समझनी बहुत जरूरी चंगा है इस बार ने शब्दावली का पता लग जाता है डर है आन वाले कुछ समय कुछ हो रहे तो बाद ये शब्दावली गुआच जानी जिस दिन ये शब्दावली गुआच गई ये भाषा गुआच गई बोली गुआच गई फिर श्री गुरु ग्रंथ साहिब दे बोल साडे नालों वख हो जाणगे बड़ी प्रॉब्लम आ रही है कई बच्चे गुरुद्वारियों में सत्संगत में केवल इसलिए नहीं जानते कि सानू जी बाणी की समझ नहीं आती जायज है बंदा सोच कहते ने बाणी की समझ नहीं आती उनका नतीजा ही निकलने बाणी नाल टूट गए समझ नहीं आती इसलिए सुननी नहीं गल ठीक है पर समझ क्यों नहीं आती क्योंकि समय बीतन नाल बोली का अंतर आ गया देश बदलन नाल बोली विच फर्क पै गया असी ये ख्याल ही नहीं किया कि सानू उस बोली की भी हालांकि मुश्किल कोई नहीं सी मैं ये नहीं कहना कि इतों की बोली या भाषा ना पढ़ो लोड़ है पर ऐसी गल भी कोई नहीं कि जे तुसी इंग्लिश पढ़ते हो इतों की बोली जानते हो तो तुहानू जरूर अपनी बोली छड़नी पैनी कोशिश करते नहीं इंग्लिश नहीं बोलनी साढ़े परिवार साढ़े बच्चे मित्र दोस्त रिश्तेदार संबंधी उत्थे भी रहते उत्थे उन्होंने कारोबार ने उन्होंने सामने एक मजबूरी है उन्होंने फ्रेंच जरूर पढ़नी उन्होंने मजबूरी है उन्होंने फ्रेंच जरूर सीखनी है पर तुसी क्यूबक दे रहन वाले सिख परिवार विच तीनों चीजा देखोगे इंग्लिश भी जानते हैं फ्रेंच भी उन्होंने मजबूरी है वह भी उन्होंने जरूर पढ़ते हैं तो जिनी हो सके कोशिश नाल वो पंजाबी अपने भी पढ़ते बोली मतलब मजबूरी बस असी बहुत कुछ घर गुजरन लिए तैयार हाँ साढ़े को शक्ति है कि मजबूरी बस असी बहुत कुछ कर सकते इनका मतलब गुरु नाल सांझ रखने की साड़ी कोई मजबूरी नहीं लो एथिक होना चाहिए युवक में रहना है उस मजबूरी आए हुए फ्रेंच पढ़ लिया
ਚੰਗੀ ਗੱਲ ਹੈ ਪਰ ਕਿਹੜੀ ਅਜੀਬ ਗੱਲ ਹੈ ਇਸ ਸੰਸਾਰ ਦੇ ਵੱਖ ਵੱਖ ਮੁਲਕਾਂ ਸਭ ਵੱਖ ਵੱਖ ਏਰੀਏ ਵੱਖ ਵੱਖ ਸਮਾਜ ਵਿੱਚ ਰਹਿੰਦੇ ਹੋਣਿਆਂ ਸਾਡੀ ਇਹ ਮਜਬੂਰੀ ਨਹੀਂ ਕਿ ਅਸੀਂ ਗੁਰੂ ਨਾਲ ਵੀ ਸਾਂਝ ਬਣਾ ਕੇ ਰੱਖੀਏ ਨਤੀਜਾ ਨਿਕਲਣਾ ਆਉਣ ਵਾਲੇ ਭਵਿੱਖ ਪ੍ਰਤੀ ਸੋਚਿਓ ਜੇ ਸਾਡੇ ਬੱਚੇ ਅੱਜ ਕਹਿੰਦੇ ਨੇ ਕਿ ਅਸੀਂ ਗੁਰਦੁਆਰੇ ਇਸ ਲਈ ਨਹੀਂ ਜਾਂਦੇ ਵੀ ਸਤਸੰਗ ਅਸੀਂ ਜਾ ਕੇ ਸਤਸੰਗ ਵਿੱਚ ਕੀ ਲੈਣਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਉਹਨਾਂ ਦੀ ਠੀਕ ਹੈ ਪਰ ਉਹਨਾਂ ਨੂੰ ਇੱਕ ਅਹਿਸਾਸ ਕਰਾਊਗਾ ਲਫਜ਼ ਵੀ ਮੈਂ ਅੱਜ ਦਾ ਸਾਰਾ ਪ੍ਰੋਗਰਾਮ ਹੀ ਅਹਿਸਾਸ ਕਿ ਗੁਰੂ ਨਾਲ ਗੁਰਮਤ ਨਾਲ ਸਾਂਝ ਬਣਾਉਣ ਲਈ ਉਹਨੂੰ ਵਰਤੋਂ ਭਾਵੇਂ ਇੰਗਲਿਸ਼ ਵਿੱਚ ਇਸ ਇੱਥੋਂ ਦੇ ਜੀਵਨ ਵਿੱਚ ਪਰ ਕਮ ਸੇ ਕਮ ਗੁਰੂ ਸਾਨੂੰ ਆਖਦਾ ਕਿ ਉਹਨੂੰ ਸਮਝਣ ਲਈ ਸਾਡੇ ਕੋਲ ਉਹਦੇ ਨਾਲ ਮਿਲਣ ਦੀ ਗੱਲਬਾਤ ਕਰਨ ਦੇ ਕੋਈ ਜਿਹੜੀ ਜਾਂ ਭਾਸ਼ਾ ਤੇ ਹੋਵੇ ਲਫਜ਼ ਜਿੱਥੋਂ ਚੁੱਕੇ ਨੇ ਉਹ ਨੇ ਵਿਛੋੜਾ ਸੁਣੇ ਦੁੱਖ ਰੰਗ ਦੀ ਗੱਲ ਇਹ ਹੈ ਵੀ ਗੁਰੂ ਕਿਹੜਾ ਵਿਸ਼ਾਲ ਸੀ ਗੁਰੂ ਕਿਹੜਾ ਵਿਸ਼ਾਲ ਸੀ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਆਖਿਆ ਵੀ ਮੈਂ ਤੇ ਕੇਵਲ ਐਸੇ ਬੋਲੀ ਨੂੰ ਵਰਤਣਾ ਜਿੱਥੇ ਗਏ ਨੇ ਉਹਨਾਂ ਨਾਲ ਗੱਲ ਕਰਨ ਵਾਸਤੇ ਉੱਥੋਂ ਦੀ ਬੋਲੀ ਦਾ ਸਾਥ ਲਿਆ ਉਹਨੇ ਤਾਂ ਕਹੀ ਸੀ ਦੁੱਖ ਹੁਣ ਆਪਾਂ ਆਮ ਬੋਲੀ ਵਿੱਚ ਦੁੱਖ ਆਖਦੇ ਹਾਂ ਸਾਡੀ ਆਮ ਬੋਲੀ ਵਿੱਚ ਦੁੱਖ ਹੈ ਇੱਥੇ ਲੱਗਦੇ ਦੁੱਖ ਹੈ ਗੁਰਬਾਣੀ ਵਿੱਚ ਇੱਕ ਰਚਨਾ ਹੈ ਉਸਦਾ ਨਾਂ ਹੀ ਦੱਖਣੇ ਹੈ ਗੁਰਬਾਣੀ ਅੰਦਰ ਇੱਕ ਬਾਣੀ ਇੱਕ ਰਚਨਾ ਹੈ ਜਿਸਦਾ ਨਾਂ ਹੀ ਦੱਖਣੇ ਹੈ ਦੱਖਣੇ ਇੱਕ ਇਲਾਕੇ ਦੀ ਬੋਲੀ ਹੈ ਔਰ ਉਹ ਸਾਰੇ ਸ਼ਬਦ ਜਿਹੜੇ ਨੇ ਇਸ ਕਿਸਮ ਦੀ ਬੋਲੀ ਵਿੱਚ ਨੇ ਹੁਣ ਆਪਾਂ ਫਿਰ ਜ਼ਰਾ ਉਸ ਲਫ਼ਜ਼ ਨੂੰ ਪੜ੍ਹੀਏ ਵਿਛੋੜਾ ਸੁਣੇ ਦੁੱਖ ਬਿਨ ਬਿੱਠੇ ਬਿਨ ਬਿੱਠੇ ਮਰੀਓ ਪਰ ਜਦੋਂ ਕਦੀ ਗਰਮੀ ਪੈਂਦੀ ਹੈ ਨਾ ਰੇਤਲੇ ਕਿਉਂਕਿ ਅੱਕ ਪੈਦਾ ਹੀ ਬਰੇਤਲੇ ਇਲਾਕਿਆਂ ਵਿੱਚ ਹੁੰਦਾ ਹੈ ਰਾਜਸਥਾਨ ਵੱਲ ਜਾਓ ਨਾ ਰੇਤਲੇ ਇਲਾਕਿਆਂ ਵਿੱਚ ਉੱਥੇ ਅੱਕ ਜ਼ਿਆਦਾ ਪੈਦਾ ਹੁੰਦਾ ਹੈ ਅਤੇ ਉਹਦੇ ਨਾਲ ਜਿਹੜੀਆਂ ਖੱਖੜੀਆਂ ਲੱਗੀਆਂ ਹੁੰਦੀਆਂ ਨੇ ਜਦੋਂ ਅੱਕ ਗਰਮੀ ਪੈਂਦੀ ਹੈ ਨਾ ਜੇਠ ਹਾੜ ਦੀ ਉਦੋਂ ਉਹ ਫਟ ਜਾਂਦੀਆਂ ਨੇ ਉਹਦੇ ਵਿੱਚੋਂ ਛੋਟੇ ਛੋਟੇ ਰੂਈ ਦੇ ਤੁੰਬਿਆਂ ਵਰਗੇ ਤੁੰਬੇ ਨਿਕਲਦੇ ਨੇ
ਜਦੋਂ ਅੱਖ ਦੀ ਖੱਖੜੀ ਫਟਦੀ ਉਹ ਇੰਨੇ ਨਿਥਾਵੇਂ ਹੋ ਜਾਂਦੇ ਨੇ ਕਿ ਇੱਧਰੋਂ ਹਵਾ ਦਾ ਬੋਲਾ ਆਇਆ ਇੱਧਰੋਂ ਉੱਡ ਜਾਂਦੇ ਨੇ ਇੱਧਰੋਂ ਆਇਆ ਉੱਧਰ ਤੋਂ ਚਲੇ ਜਾਂਦੇ ਨੇ ਕਹਿੰਦੇ ਨੇ ਕਿੱਡੀ ਚੰਗੀ ਲੱਗਦੀ ਸੈ ਕਿੱਡੀ ਚੰਗੀ ਲੱਗਦੀ ਸੈ ਅੱਖ ਦੀ ਟਾਹਣੀ ਨਾਲ ਜੁੜੀ ਹੋਈ ਤੇ ਜਿਸ ਦਿਨ ਤੂੰ ਅੱਖ ਨਾਲ ਆਪਣਾ ਸੰਬੰਧ ਤੋੜ ਲਿਆ ਤੂੰ ਫਟ ਗਈ ਹੁਣ ਤੇਰੇ ਪੱਲੇ ਕੋਈ ਟਿਕਾਣਾ ਨਹੀਂ ਹੁਣ ਇੱਥੇ ਇੱਕ ਲਫ਼ਜ਼ ਬਾਬਾ ਕਬੀਰ ਜੀ ਨੇ ਵਰਤਿਆ ਕਹਿੰਦੇ ਪੁਯੰਗਮ ਤਾਂ ਅਸੀਂ ਆਮ ਸੁਣਿਆ ਹੈ ਲਫ਼ਜ਼ ਪੁਯੰਗਮ ਦਾ ਅਰਥ ਹੁੰਦਾ ਹੈ ਸੱਪ ਪੁਯੰਗ ਕਹਿਣ ਲੱਗੇ ਬਿਰਹੋ ਜਿਹੜਾ ਹੈ ਜੇ ਕਿਸੇ ਦੇ ਹਿਰਦੇ ਵਿੱਚ ਵੱਸ ਜਾਏ ਤੇ ਮਾਨੋ ਇਉਂ ਹੈ ਜਿਵੇਂ ਸੱਪ ਵੱਸਦਾ ਹੋਵੇ ਸੱਪ ਡੰਗਦਾ ਹੈ ਸੱਪ ਡੰਗ ਮਾਰਦਾ ਜਿਹਦੇ ਹਿਰਦੇ ਵਿੱਚ ਜਿਹਦੇ ਅੰਦਰ ਸੱਪ ਵੱਸਦਾ ਹੋਵੇ ਉੱਥੇ ਡੰਗ ਮਾਰੇਗਾ ਤੇ ਦੁਨੀਆਂ ਅੰਦਰ ਜਿੰਨੇ ਸੱਪਾਂ ਦੇ ਟਿਕਾਣੇ ਨੇ ਉੱਥੇ ਮੰਤਰੀ ਵੀ ਹੁੰਦੇ ਨੇ ਐਸੇ ਮੰਤਰ ਪੜ੍ਹਦੇ ਨੇ ਤਾਂ ਕਿ ਸੱਪ ਡੰਗ ਮਾਰੇ ਤੇ ਉਹਦਾ ਜ਼ਹਿਰ ਨਾ ਚੜ੍ਹੇ ਅਸਰ ਨਾ ਹੋ ਕਹਿਣ ਲੱਗੇ ਬਿਰਹੋ ਇੱਕ ਉਹ ਸੱਪ ਹੈ ਜੇ ਕਿਸੇ ਦੇ ਅੰਦਰ ਟਿਕ ਜਾਏ ਤੇ ਉੱਥੇ ਡੰਗ ਮਾਰਦਾ ਹੈ ਤੇ ਫਿਰ ਕੋਈ ਮੰਤਰ ਵੀ ਨਹੀਂ ਚੱਕਦਾ ਮੰਤਰ ਨਾ ਮੰਨੇ ਕੋਈ ਉੱਥੇ ਮੰਤਰ ਕੋਈ ਨਹੀਂ ਚੱਲਦਾ ਹੁਣ ਦੇਖਣਾ ਹੈ ਵੀ ਸੱਪ ਕੀ ਹੈ ਸਾਡੇ ਆਮ ਵਰਤੋਂ ਵਿੱਚ ਨਹੀਂ ਆਉਂਦਾ ਮੈਂ ਤਦ ਇੱਥੇ ਟਿਕਣਾ ਚਾਹੁੰਦਾ ਬਿਰਹੋ ਇੱਕ ਉਹ ਕਿਰਿਆ ਹੈ ਉਹ ਅਵਸਥਾ ਹੈ ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਆਖਦੇ ਹਾਂ ਅਹਿਸਾਸ ਅਹਿਸਾਸ ਹਰ ਇੱਕ ਚੀਜ਼ ਦਾ ਆਪਣਾ ਅਹਿਸਾਸ ਹੈ ਜੀਵਨ ਹੈ ਅਹਿਸਾਸਾਂ ਨਾਲ ਭਰਿਆ ਹੋਇਆ ਜਿੱਥੇ ਕੋਈ ਅਹਿਸਾਸ ਨਾ ਰਹੇ ਉਸਨੂੰ ਮੁਰਦਾ ਆਖਦੇ ਸ੍ਰੀ ਗੁਰੂ ਸਾਹਿਬ ਨੇ ਬਾਣੀ ਅੰਦਰ ਵੀ ਬਿਰਹੋ ਲਫ਼ਜ਼ ਨੂੰ ਤੇ ਬਿਰਹੋ ਤੋਂ ਵਿਛੜੇ ਹੋਏ ਨੂੰ ਮੁਰਦਾ ਆਖਿਆ ਸਤਿਗੁਰੂ ਕਹਿੰਦੇ ਨੇ ਕਿ ਲੋਕ ਬਿਰਹੋ ਬਿਰਹਾ ਦੀ ਗੱਲ ਕਰਦੇ ਨੇ ਗੁਰੂ ਕਹਿੰਦੇ ਨੇ ਮੈਨੂੰ ਦਿਸਦਾ ਹੈ ਬਿਰਹਾ ਹੇ ਬਿਰਹੋ ਤੂੰ ਤੇ ਬਾਦਸ਼ਾਹ ਹੈ ਤੇਰੇ ਬਿਨਾਂ ਸੰਸਾਰ ਦਾ ਕੰਮ ਹੀ ਨਹੀਂ ਚੱਲਦਾ ਬਿਰਹਾ ਤੂੰ ਸੁਲਤਾਨ ਤੂੰ ਤੇ ਜੀਵਨ ਦਾ ਬਾਦਸ਼ਾਹ ਹੈ ਤੇਰੇ ਬਿਨਾਂ ਜੀਵਨ ਹੀ ਨਹੀਂ ਤੂੰ ਤੇ ਸੁਲਤਾਨ ਹੈ ਦੇਖਣਾ ਬਿਰਹਾ ਹੈ ਕਿ ਬਿਰਹਾ ਹੈ ਇੱਕ ਅਹਿਸਾਸ ਦਾ ਨਾਂ ਜਾਗ੍ਰਿਤੀ ਦਾ ਨਾਂ ਹਰ ਇੱਕ ਚੀਜ਼ ਨਾਲ ਅਹਿਸਾਸ ਜੁੜਿਆ ਹੋਇਆ ਹੈ ਜਿੰਨੀਆਂ ਰਿਸ਼ਤੇਦਾਰੀਆਂ ਨੇ ਉਹ ਅਹਿਸਾਸ ਤੇ ਖਲੋਤੀਆਂ ਨੇ ਜਿੰਨੇ ਰਸ ਨੇ ਸਵਾਦ ਨੇ ਜੋ ਕਿਰਿਆਵਾਂ ਨੇ ਜੀਵਨ ਦੀਆਂ ਸਾਰੀਆਂ ਅਹਿਸਾਸ ਦੀ ਕਹਿੰਦਾ ਅੱਜ ਮੈਨੂੰ ਭੁੱਖ ਦਾ ਅਹਿਸਾਸ ਹੋ ਰਿਹਾ ਹੈ ਅੱਜ ਮੈਨੂੰ ਭੁੱਖ ਦਾ ਅਹਿਸਾਸ ਹੋ ਰਿਹਾ ਹੈ ਫਿਰ ਕਹਿੰਦਾ ਹੈ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਜਿਵੇਂ ਸਰਦੀ ਬਹੁਤ ਹੈ ਕਈ ਵਾਰ ਕਹਿੰਦੇ ਮੈਂ ਉਸ ਲਫ਼ਜ਼ ਨੂੰ ਦੁਹਰਾਉਣਾ ਚਾਹੁੰਦਾ ਅਹਿਸਾਸ ਦਾ ਮਤਲਬ ਕੀ ਅੱਜ ਮੈਨੂੰ ਅਹਿਸਾਸ ਹੋ ਰਿਹਾ ਜਿਵੇਂ ਸਰਦੀ ਜ਼ਿਆਦਾ ਹੈ ਅੱਜ ਮੈਨੂੰ ਅਹਿਸਾਸ ਹੋ ਰਿਹਾ ਜਿਵੇਂ ਗਰਮੀ ਜ਼ਿਆਦਾ ਅਹਿਸਾਸ ਦਾ ਮਤਲਬ ਹੈ ਕਿਸੇ ਚੀਜ਼ ਦੀ ਕਿਸੇ ਚੀਜ਼ ਦਾ ਮਨ ਤੇ ਅਸਰ ਹੋਣਾ ਭੁੱਖ ਦਾ ਪਿਆਸ ਦਾ ਮੈਨੂੰ ਪਿਆਸ ਦਾ ਅਹਿਸਾਸ ਹੋ ਰਿਹਾ ਹੈ ਕਹਿਣ ਲੱਗੇ
हर एक चीज का एहसास जिहड़ा है ओ जीवन का हिस्सा है, क्योंकि मनुखता हर रोज बदलता पैंदा, बहुत कुछ खाना बदलता है, कपड़े बदलता है, रुत्तां बदलदियां ने, दिन बदलता है, रात बदलती है, कहीं का मतलब हर वक्त एहसास बदलता है, एहसास बदलता है। तो गुरु कहते हैं इतों मैं साबित होता है कि जीवन का जिंदगी का सुल्तान बादशाह एहसास है। जे एक एहसास ना हो तो मनुख मुड़ता है, पता ही ना लगे मैं भुख लगी है, पता ही ना लगे मैं प्यास लगी, अंदर कोई एहसास जागता मैं भुख लगी कहता मैं रोटी दे, मैं भुख लगी। अंदर कोई एहसास जागता कि मैं प्यास लगी फिर कहता मैं पानी दे, मैं प्यास लगी। जे पता भुख तो प्यास का भी पता ना लगे, सर्दी ते गर्मी का भी एहसास ना हो, जागृति ना हो, चेतनता ना हो, ते पता उन्हों की आखावे मुर्दा। गुरु ने बाणी विच की आखता कहने लगे बिरहा बिरहा आखिया बिरहा तू सुल्तान तन बिरहा ना उपजे सो तन जान मसान के लगे। जिस तन विच बिरहा ही नहीं पैदा होया, एहसास ही नहीं जागया, वो तो मनो मसान भूख है, कब्रिस्तान उथे मुर्दे को उथे आत्मा भी जिन रही जिनू एहसास ही आत्मा नु कोई नहीं, जित तन बिरहा ना उपजे, बिरहा का अखी अर्थ चंगी तरह समझ लिया, मतलब एहसास। जित तन बिरहा ना उपजे सो तन जान मसान, जिथे एहसास ही नहीं रहा। हुण एहसास हर चीज नाल जुड़िया, मैं करना की है, मैनू एहसास होना चाहिए, आप कहने तेनू एहसास होना चाहिए तू कम की करना, एहसास सारे भुल गए, चेतनता गई। हुण इत्थे बस नहीं, जिथे अज बाबा कबीर जी गल कर रहे हैं, कहते नहीं इसे तरह जिवें बाकी हर एक चीज का एहसास ही मनुख नूं ओह काम करन लई मजबूर करता है। मैनूं अज एहसास होया कि मैं अनपढ़ क्यों रह गया, हर चीज का एहसास चेतनता, जदों चेतनता आ जाए। कहन लगे हर चीज का एहसास काम करता है, ते सब नालों श्रेष्ठ एहसास की है जदों इनू मिलाप ते विछोड़े का एहसास हो जाए। इत्थे बाबा कबीर जी आ गए, जिहड़ा नहीं हो रहा मिलाप ते विछोड़ा, दो क्रिया ऐसियां ने जिहड़ियां एक दूजे तों वख ने। जिन्हों मिलाप मिलाप का सुख नहीं पता लगा, एहसास नहीं होया, उन्होंने विछोड़े का दुख का भी नहीं पता लगना। जिन्हों किसी के मिलन की खुशी नहीं हुई, तो जे भला वो अंदर बंदा विछड़ जाए तो उन्होंने दुख की होगा, दोनों चीजों का आपस में संबंध है ना। जिन्हों मिलन की खुशी होगी उन्होंने भी विछड़न का दुख होगा, जो मिलेगा वह खाएगा अज मैं एहसास होया कि मिलने कि तेन मिल के कि खुशी हुई। फिर कहते नहीं तेरे को बिछड़ के मैं अज एहसास होया कि बिछोड़ा की चीज है। एहसास एक वो चीज है जिंदा अर्थ है बिरहा। हम जरा सोचने कहते सारे कीमती जरूरी एहसास है मनुख न मिलन विछड़न का, जिहड़ा नहीं
ਅੱਜ ਮਨੁੱਖਤਾ ਰੱਬ ਕੋਲੋਂ ਵਿਛੜ ਚੁੱਕੀ ਹੈ, ਸਿੱਖ ਗੁਰੂ ਕੋਲੋਂ ਵਿਛੜ ਚੁੱਕਾ ਹੈ। ਇਹਨੂੰ ਪਤਾ ਹੀ ਨਹੀਂ ਧਰਤੀ ਸਾਹਿਬ ਕੀ ਹੈ, ਇਹਨੂੰ ਪਤਾ ਹੀ ਨਹੀਂ ਗੁਰੂ ਕੀ ਇਹ ਸਮਝਦਾ ਹੈ ਵੀ ਜਿਹੜਾ ਰੁਮਾਲਿਆਂ ਵਿੱਚ ਲਪੇਟ ਕੇ ਰੱਖਿਆ ਹੋਇਆ ਨਾ ਕੀਮਤੀ ਰੁਮਾਲਿਆਂ ਵਿੱਚ, ਬਸ ਇਹਨੂੰ ਮੱਥਾ ਟੇਕ ਆਇਆ ਗੁਰੂ ਚੁੱਕੇ, ਇਹਨੂੰ ਪਤਾ ਹੀ। ਪਰ ਕਿਹੜੀ ਅਜੀਬ ਗੱਲ ਹੈ, ਵਿਛੜ ਗਿਆ ਹੋਇਆ ਹੈ ਪਰ ਇਹਨੂੰ ਵਿਛੋੜੇ ਦਾ ਅਹਿਸਾਸ ਕੋਈ ਨਹੀਂ। ਦੱਸੋ ਸਾਨੂੰ ਇਹ ਵਿਛੋੜਾ ਕਦੀ ਅਹਿਸਾਸ ਕਰਾ ਗਿਆ ਕਿ ਅਸੀਂ ਗੁਰੂ ਤੋਂ ਵਿਛੜੇ ਹੋਏ? ਬਿਲਕੁਲ ਨਹੀਂ, ਇਹ ਅਹਿਸਾਸ ਹੀ ਕੋਈ ਨਹੀਂ। ਤੇ ਗੁਰੂ ਨੇ ਬਣ ਵਿਚਾਰ ਦਿੱਤਾ, ਕਹਿਣ ਲੱਗੇ ਵਿਛੋੜੇ ਦਾ ਅਹਿਸਾਸ ਤਾਂ ਇੰਨਾ ਦੁੱਖ ਦਿੰਦਾ ਹੈ, ਇੰਨਾ ਪਰੇਸ਼ਾਨ ਕਰਦਾ ਹੈ ਕਿ ਮੈਂ ਵਿਛੋੜੇ ਦਾ ਨਾਮ ਵੀ ਨਹੀਂ ਸੁਣਨਾ ਚਾਹੁੰਦਾ। ਆਪ ਹੁਣ ਲੱਭ ਜਿਹੜੇ ਰੱਬ ਨਾਲੋਂ ਵਿਛੜ ਚੁੱਕੇ ਨੇ ਉਹ ਕਿੰਨੇ ਕੁ ਦੁਖੀ ਨੇ, ਇਹ ਤੇ ਸੰਸਾਰ ਦਿਸਦਾ ਹੀ ਨਹੀਂ। ਇਹਦਾ ਮਤਲਬ ਉਹਨਾਂ ਨੂੰ ਵਿਛੋੜੇ ਦਾ ਅਹਿਸਾਸ ਕੋਈ ਨਹੀਂ। ਚੰਗੇ ਨੇ, ਵਿਛੜੇ ਹੋਏ ਨੇ ਪਰ ਅਹਿਸਾਸ ਕੋਈ ਨਹੀਂ। ਗੁਰੂ ਕਹਿੰਦੇ ਨੇ ਜਦੋਂ ਮੈਂ ਵਿਛੋੜੇ, ਜਦੋਂ ਮੈਂ ਦੁੱਖਾਂ ਦੀ ਗਿਣਤੀ ਦੀ ਇੱਕ ਲਿਸਟ ਬਣਾਉਣ ਲੱਗਾ, ਸ੍ਰੀ ਗੋਬਿੰਦ ਸਾਹਿਬ ਬਾਣੀ ਕਹਿਣ ਲੱਗੇ ਸੰਸਾਰ ਅੰਦਰ ਬੜੇ ਦੁੱਖ ਨੇ, ਸਭ ਤੋਂ ਵੱਡਾ ਦੁੱਖ ਅਸੀਂ ਮੌਤ ਆਖਣੇ। ਅਸੀਂ ਹਰ ਇੱਕ ਚੀਜ਼ ਨੂੰ ਦਰਗੁਜ਼ਰ ਕਰ ਜਾਂਦੇ ਹਾਂ, ਮੌਤ ਦਾ ਨਾਂ ਨਹੀਂ ਸੁਣਨਾ ਚਾਹੁੰਦੇ। ਉਹ ਦੁੱਖ ਹੈ, ਵੱਡਾ ਦੁੱਖ ਹੈ ਸਾਡੀ ਨਿਗਾਹ 'ਚ। ਪਰ ਗੁਰੂ ਕਹਿੰਦੇ ਜਦੋਂ ਮੈਂ ਦੁੱਖਾਂ ਦੀ ਲਿਸਟ ਬਣਾਉਣ ਲੱਗਾ ਤੇ ਸੋਚ ਸੋਚ ਕੇ ਗੁਰੂ ਕਹਿੰਦਾ ਮੈਂ ਆਖਿਆ ਵੀ ਮੌਤ ਤੋਂ ਚੌਥੇ ਨੰਬਰ ਦਾ ਦੁੱਖ ਹੈ, ਬਹੁਤ ਪਿੱਛੇ, ਤੇ ਵਿਛੋੜਾ ਸਭ ਤੋਂ ਪਹਿਲਾਂ ਦੁੱਖ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਾਡੀ ਵਿਚਾਰਧਾਰਾ, ਸਾਡੀ ਸੋਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਿੱਚ ਫਰਕ ਕੀ ਆ ਸਕਦਾ? ਅਸੀਂ ਸਭ ਤੋਂ ਵੱਡਾ ਦੁੱਖ ਮੌਤ ਕਹਿੰਦੇ, ਗੁਰੂ ਕਹਿੰਦੇ ਨਹੀਂ। ਇੱਕ ਦੁੱਖ ਵਿਛੋੜਾ ਕਹਿਣ ਲੱਗੇ ਪਹਿਲੇ ਨੰਬਰ ਤੇ ਵਿਛੋੜਾ ਦੁੱਖ ਹੈ, ਦੂਜੇ ਤੇ ਭੁੱਖ ਦੁੱਖ ਹੈ। ਵਿਛੋੜੇ ਤੋਂ ਬਾਅਦ ਦੂਜੇ ਨੰਬਰ ਤੇ ਭੁੱਖ ਦੁੱਖ ਹੈ, ਕਿਉਂਕਿ ਇਹ ਵੀ ਮਨੁੱਖ ਨੂੰ ਉਪਰ ਮਨੁੱਖ ਸਹਾਰ ਨਹੀਂ ਸਕਦਾ, ਬਰਦਾਸ਼ਤ ਨਹੀਂ ਕਰ ਸਕਦਾ, ਭੁੱਖ ਗੁਲਾਮ ਹੋ ਜਾਂਦਾ ਹੈ, ਮੰਗਤਾ ਬਣ ਜਾਂਦਾ। ਭੁੱਖ ਨਹੀਂ ਸਾਰੀ ਜਾਂਦੀ ਕਿਉਂਕਿ ਇਹਦਾ ਮਤਲਬ ਇਹ ਵੀ ਦੁੱਖ ਹੈ। ਗੁਰੂ ਬਾਣੀ ਵਿੱਚ ਕਹਿੰਦੇ ਇੱਕ ਦੁੱਖ ਛੋੜਾ ਇੱਕ ਦੁੱਖ ਭੂਗ ਇੱਕ ਦੁੱਖ ਸ਼ਕਤ ਬਾਦ ਜਮ ਦੂਤ। ਕਹਿਣ ਲੱਗੇ ਜਿਹੜਾ ਆਖਰੀ ਤੀਜੇ ਨੰਬਰ ਦਾ ਜਿਹੜਾ ਦੁੱਖ ਹੈ, ਮੌਤ ਤਾਂ ਤੀਜੀ ਥਾਂ ਤੇ ਹੈ, ਸਭ ਤੋਂ ਵੱਡਾ ਦੁੱਖ ਹੈ ਵਿਛੋੜਾ। ਇਸ ਦਾ ਨਾਂ ਹੈ ਸਭ ਤੋਂ ਵੱਡਾ ਜ਼ਹਿਰੀਲਾ ਸੱਪ ਮੇਰੇ ਅੰਦਰ ਟਿਕ ਜਾਣਾ, ਇਹ ਹੈ ਉਸ ਵਿਛੋੜੇ ਦਾ ਅਹਿਸਾਸ। ਜਿਹਨੂੰ ਅਹਿਸਾਸ ਨਹੀਂ ਉਹਨੂੰ ਪਤਾ ਦੁੱਖ। ਕਹਿਣ ਲੱਗੇ ਜਦੋਂ ਦਾ ਮੈਨੂੰ ਤੇਰੇ ਹੈ ਮੇਰੇ ਮਾਲਿਕ, ਜਦੋਂ ਦਾ ਮੈਨੂੰ ਤੇਰੇ ਵਿਛੋੜੇ ਦਾ ਦੁੱਖ ਹੋਇਆ ਨਾ ਅਹਿਸਾਸ ਹੋਇਆ, ਉਦੋਂ ਮੈਨੂੰ ਇਉਂ ਮਹਿਸੂਸ ਹੋਇਆ ਮੈਨੂੰ ਵਿਛੋੜੇ ਦਾ ਦੁੱਖ ਜਿਹੜਾ, ਬਿਰਹਾ ਜਿਹੜਾ, ਅਹਿਸਾਸ ਜਿਹੜਾ ਹੈ ਉਹ ਤਾਂ ਮੇਰੇ ਅੰਦਰ ਸੱਪ ਬਣ ਕੇ ਟਿਕ ਗਿਆ, ਮੈਨੂੰ ਡੰਗ ਰਿਹਾ ਤੇ ਡੰਗ ਵੀ ਉਹ ਰਿਹਾ ਜਿਹਦਾ ਮੰਤਰ ਕੋਈ ਨਹੀਂ। ਮੈਨੂੰ ਕਵੀਰ ਜੀ ਨੇ ਅੱਜ ਦੱਸੋ
ਕਹਿਣਗੇ ਜਿਸ ਨੂੰ ਰੱਬ ਦੇ ਮਾਲਕ ਦੇ ਵਿਛੋੜੇ ਦਾ ਅਹਿਸਾਸ ਹੋ ਜਾਏ, ਜਿਹਨਾਂ ਨੂੰ ਨਹੀਂ ਅਹਿਸਾਸ ਹੋ ਸੰਸਾਰ ਅੰਦਰ ਸੁੱਖ ਸੁੱਖ ਪੈ ਭੁੱਖਦੇ ਨੇ, ਸੁੱਖ ਦੀ ਮਿਲਦੇ ਪੈਸੇ ਹੁੰਦੇ ਨੇ, ਤੇ ਜਿਹਨਾਂ ਨੂੰ ਅਹਿਸਾਸ ਹੋ ਜਾਏ ਮੈਂ ਰੱਬ ਦਾ ਰੂਪ ਟੁੱਟਿਆ ਹੋਇਆ, ਮੈਂ ਗੁਰੂ ਦਾ ਰੂਪ ਟੁੱਟਿਆ ਹੋਇਆ, ਮੈਨੂੰ ਬਾਣੀ ਦੀ ਸਮਝ ਨਹੀਂ, ਮੈਨੂੰ ਰੱਬ ਦੇ ਹੁਕਮ ਦਾ ਕੋਈ ਅਹਿਸਾਸ ਨਹੀਂ। ਕਹਿਣ ਲੱਗੇ ਜਿਸ ਦਿਨ ਇਹ ਤੈਨੂੰ ਪਤਾ ਲੱਗ ਗਿਆ ਨਾ, ਉਸ ਦਿਨ ਤਾਂ ਤੇਰੀ ਹਾਲਤ ਇਹ ਹੋ ਜਾਵੇਗੀ ਜਿਵੇਂ ਕਿਸੇ ਨੂੰ ਸੱਪ ਡਸ ਜਾਏ ਤੇ ਉਹਦਾ ਮੰਤਰ ਵੀ ਕੋਈ ਨਾ ਹੋਵੇ। ਕਿਸੇ ਮੰਤਰ ਨਾਲ ਵਸ ਵਿੱਚ ਨਹੀਂ ਆਉਂਦਾ। ਕਹਿੰਦੇ ਨੇ ਫਿਰ ਹਾਲਤ ਕੀ ਹੋ ਜਾਂਦੀ ਹੈ, ਰਾਮ ਵਿਯੋਗੀ ਨਾ ਜੀਏ, ਸਭ ਡਸ ਜਾਏ, ਉਹਦਾ ਮੰਤਰ ਵੀ ਕੋਈ ਨਾ ਹੋਵੇ ਤੇ ਫਿਰ ਮੌਤ ਹੀ ਹੋਈ ਨਾ। ਕਹਿਣ ਲੱਗੇ ਬਸ ਇਉਂ ਹੀ ਹੈ, ਰੱਬ ਤੋਂ ਵਿਛੜਿਆ ਹੋਇਆ ਮਨੁੱਖ ਦਿਲ ਜੀਵ ਨਹੀਂ ਸਕਦਾ। ਰਾਮ ਵਿਯੋਗੀ ਨਾ ਜੀਏ, ਜੇ ਭਲਾ ਉਹ ਜਿਉਂਦਾ ਰਹਿ ਵੀ ਜਾਏ ਤਾਂ ਬਾਂਬਰਾ ਹੋ ਜਾਂਦਾ। ਬਾਂਬਰਾ ਕੀ ਕਿ ਉਸਨੂੰ ਆਪਣੇ ਜੀਵਨ ਦੀ ਪਛਾਣ ਕੋਈ ਨਹੀਂ ਰਹਿੰਦੀ, ਉਹਨੂੰ ਸੰਸਾਰ ਦੇ ਸੁੱਖਾਂ ਨਾਲ ਕੋਈ ਲਗਾਓ ਨਹੀਂ। ਜੀਏ ਤਾਂ ਬੋਰਾ ਹੋਏ, ਫਰਜ ਕੀਤੀ ਸੀ ਕਈ ਵਾਰ ਸਾਡੇ ਹੋ ਚੁੱਕੇ ਮਤਲਬ ਬਾਂਬਰਾ ਕਿਹਨੂੰ ਕਹਿੰਦੇ ਨੇ, ਜਿੰਦਾ ਬਾਕੀ ਅਹਿਸਾਸ ਖਤਮ ਹੋ ਗਿਆ, ਕੱਪੜਾ ਪਾਇਆ ਨਹੀਂ ਪਾਇਆ ਪਤਾ ਹੀ ਨਹੀਂ, ਭੋਜਨ ਛਕਿਆ ਨਹੀਂ ਛਕਿਆ ਪਤਾ ਹੀ ਨਹੀਂ। ਕਹਿਣ ਲੱਗੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਨੇ, ਜੇ ਕਦੀ ਉਹਨਾਂ ਨੂੰ ਅਹਿਸਾਸ ਜਾਗ ਪਏ ਕਿ ਅਸੀਂ ਰੱਬ ਨਾਲੋਂ ਟੁੱਟੇ ਹੋਏ ਹਾਂ, ਤੇ ਫਿਰ ਤਾਂ ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ, ਜੀਵਨ ਹੀ ਬਿਹਾਰ ਹੋ ਜਾਂਦਾ ਹੈ, ਜੀਵਨ ਹੀ ਬਿਹਾਰ ਹੋ ਜਾਂਦਾ ਹੈ। ਚਲੀਏ ਅਗਲੇ ਸ਼ਲੋਕ ਤੇ। ਕਹਿੰਦੇ ਨੇ ਪਤਾ ਜੀਵਨ ਵਿੱਚ ਚੇਂਜ ਕਿਵੇਂ ਆਉਂਦੀ, ਕਬੀਰ ਜਿਹਨਾਂ ਨੂੰ ਅਹਿਸਾਸ ਨਹੀਂ ਉਹ ਤਾਂ ਇੱਕ ਵੱਖਰੀ ਗੱਲ ਹੈ, ਤੇ ਜਿਹਨਾਂ ਨੂੰ ਅਹਿਸਾਸ ਜਾਗ ਪੈਂਦਾ ਉਹ ਕਿਵੇਂ ਜਾਗਦਾ ਹੈ, ਉਹ ਕਿਵੇਂ ਜਾਗਦਾ ਹੈ, ਇਹ ਤਬਦੀਲੀ ਇਹ ਚੇਂਜ ਜੀਵਨ ਵਿੱਚ ਕਿਵੇਂ ਆਉਂਦੀ ਹੈ, ਉਹਦੇ ਲਈ ਇੱਕ ਐਗਜ਼ਾਮਪਲ ਦਿੰਦੇ ਨੇ। ਕਹਿੰਦੇ ਨੇ ਕਬੀਰ ਬਾਰਿਸ ਚੰਦਨ ਤੇ ਹੈ ਇੱਕ ਸੁਗੰਧ, ਕਹਿਣ ਲੱਗੇ ਬਾਰਿਸ ਤੇ ਚੰਦਨ ਉਹਨਾਂ ਵਿੱਚ ਇੱਕ ਇੱਕ ਗੁਣ ਹੈ, ਇੱਕ ਸੁਗੰਧ ਇੱਕ ਖੁਸ਼ਬੂ ਹੈ। ਸੁਗੰਧੀ ਖੁਸ਼ਬੂ ਦਾ ਮਤਲਬ ਹੁੰਦਾ ਜਿਹੜੀ ਦੂਜੇ ਤੱਕ ਪਹੁੰਚਾਈ ਜਾ ਸਕਦੀ ਹੈ। ਇੱਕ ਫੁੱਲ ਵਿੱਚ ਰੰਗ ਵੀ ਹੁੰਦਾ, ਹਰ ਗੱਲ ਨੂੰ ਐਗਜ਼ਾਮਪਲ ਨਾਲ ਸਮਝੇ। ਦੋ ਚੀਜ਼ਾਂ ਹੁੰਦੀਆਂ ਨੇ ਫੁੱਲ ਵਿੱਚ, ਖੂਬਸੂਰਤ ਰੰਗ ਅਤੇ ਸੁਗੰਧ। ਹੁਣ ਦੋਹਾਂ ਵਿੱਚੋਂ ਇੱਕ ਫਰਕ ਹੈ, ਫੁੱਲ ਜਿਹੜਾ ਹੈ ਉਹ ਦੂਜੇ ਨੂੰ ਦੇਣਾ ਚਾਹੇ ਰੰਗ ਤੇ ਰੰਗ ਨਹੀਂ ਦੇ ਸਕਦਾ। ਦੋਹਾਂ ਨੂੰ ਸੁਗੰਧ ਕਿਉਂ ਆਖਿਆ, ਪਾਰਸ ਦਾ ਨਾਲ ਸੁਗੰਧ ਦਾ ਕੋਈ ਸੰਬੰਧ ਨਹੀਂ, ਪਰ ਇੱਥੇ ਦੋਹਾਂ ਦਾ ਨਾਂ ਇਕੱਠਾ ਲੈ ਦਿੱਤਾ ਹੈ ਇੱਕ ਸੁਗੰਧ। ਹੁਣ ਫਰਕ ਕੀ ਹੈ, ਕਿਉਂਕਿ ਉਹ ਚੀਜ਼ ਜਿਹੜੀ ਦੂਜੇ ਨੂੰ ਦਿੱਤੀ ਜਾ ਸਕੇ ਉਹਨੂੰ ਕਹਿੰਦੇ ਨੇ ਸੁਗੰਧ। ਬੈਠਾ ਸੁਗੰਧ ਦੀ ਮਹਿਲ ਆਈ ਹੈ, ਤੁਸੀਂ ਉੱਥੇ ਬੈਠੇ ਖੁਸ਼ਬੂ ਲੈ ਰਹੇ ਹੋ ਤੇ ਮੈਨੂੰ ਪੁੱਛਦੇ ਹੋ ਤੂੰ ਕੋਈ ਪਰਫਿਊਮ ਲਾਇਆ ਹੈ, ਲਾਇਆ ਮੈਂ ਪਹੁੰਚ ਤੁਹਾਡੇ ਕੋਲ ਗਏ ਸੁਗੰਧ ਹੈ ਰੰਗ ਨਹੀਂ ਪਹੁੰਚੇ, ਸੁਗੰਧ ਪਹੁੰਚੇ। ਫੁੱਲ ਵਿੱਚ ਦੋਨੋਂ ਚੀਜ਼ਾਂ ਨੇ, ਉਹਦੇ ਕੋਲ ਰੰਗ ਵੀ ਹੈ
सुगंध भी है। रंग दूजे नूं नहीं दे सकदा, सुगंध दूजे नूं दे सकदा। जिहड़ा दूजे नूं तक पहुंच पैदा करे ते कुछ बदल जाए, एहसास जगा देवे, कहिंदे ने उहदा नां सुगंध है। ਇਹ ਕਹਿੰਦੇ ਨੇ ਪਾਰਸ ਵਿੱਚ ਵੀ ਹੈ ਤੇ ਚੰਦਨ ਵਿੱਚ ਵੀ ਹੈ। ਰਾਮ ਗੁਰਬਾਣੀ ਦੇ ਤੋਂ ਕਹਿੰਦੇ ਨੇ ਰਾਮ ਪਾਰਸ ਚੰਦਨ ਰਾਮ ਪਾਰਸ ਚੰਦਨ ਹਮ ਕਾਸ਼ਕ ਲੋਸਕ। ਮੇਰਾ ਰਾਮ ਪਾਰਸ ਹੈ, चंदन है, क्योंकि दोनों में सुगंध है। वो पारस भी है, वो चंदन भी है। ते मैं काठ हाँ कासक, ते लोहा हाँ लोसक। मैं कासक तो पार लकड़ी, काठ लोसक तो पार लोहा। कह लगे मेरे ते रब विच कहना अंतर है, वो पारस चंदन है ते मैं कासट रोसट। पर राम पारस चंदन विच एक महानता है, उन्दे को एक सुगंधी है। वो महानता की है कि वो मेरे वर्गे काठ ते लोहे नूं सोना कंचन चंदन कीने सोना ते चंदन बना सकता है। काठ नूं लकड़ नूं खुशबू चंदन दे जांदा है ते पारस दी छोह जिहड़ी है ओह लोहे नूं कंचन सोना बना जांदी है। कहिण लगे फर्क इन्ना है, राम पारस चंदन मैं कासित लोसट, फर्क इन्ना है। लेकिन दूजे पासे राम विच एक बख्शिश सुगंधी है, वो मेरे कासट लोसट नूं कंचन चंदन कीने सोना ते चंदन बना लैंदा। गुरु कहिंदे राम पारस चंदन हम कासट लोसट हर संग धरी संग धरी सत संग भए हर कंचन चंदन कीने तिन्हें एक सुगंध। कहन लगे उन्हां दोहां विच एक खुशबू है, एक सुगंधी है। पारस विच ते चंदन विच एक एक खूबी है, खुशबू है, खुशी है। ओ ए कि उन दे नाल मिल के कंचन ते चंदन हो जाइए, ते जदो कंचन ते चंदन हो जाइए उदो एक एहसास जाग पैंदा है कि मैं जिंदे जाते विछड़िया ते नाल मिलाया राम। एक एहसास जाग पैंदा है जिवें विछोड़े दा एहसास मैनू सप वर्गा सी कि मैनू डसदा है ते मौत हो जाती है। इसे तरह मिलाप का एहसास होगा कि मिलाप मैनू होया है एक पारस वांगू एक चंदन वांगू जिन्हें मेरा जीवन बदल दिता है, मैनू कंचन ते चंदन बना दिता है। कह लगे ये एहसास जागना ही पता लगता है कि मिलाप की खुशी की है, नहीं तो विछोड़े के दुख का भी पता नहीं लग रहा। अज संसार अंदर रब नालों गुरु नालों विछड़ के मनुख संसारक भोग सुख भोग रहा है, उन्हों चेता भी नहीं कि मैं विछड़िया होया। चेता का मतलब की है, चेतना एहसास जागना कि मैं विछड़िया होया। कहने लगे सब तो पहले जरूरी है कि तेरी चेतना जागे, तेरे अंदर एक एहसास जागे कि मैं रब तो गुरु तो विछड़िया होया, ते क्यों विछड़िया होया। यो गल कह जी राम
जागना जरूरी है कि मैं रब नालों क्यों खिंच लिया होया। जिस दिन एहसास खत्म हो गया मौत हो गई। मैं उसकी तुसी हर चीज दे नाल एहसास दी लोड है बिरहा तू सुल्तान। आप शब्द विच कई बारी पढ़ने हैं कि कोयल नू काला होए के एक सवाल होया है। बड़ी काली कोयल तू कित गुण काली एक सवाल ही है काली कोयल तू कित गुण काली जवाब विच एहसास है। उस एहसास की है कहती है अपने प्रीतम के हो बिरहो ओइल वदा के बिरहो की एहसास मैं अपने प्रीतम दे विछोड़े दे एहसास विच काली हो गई हूं। उन्हें मैंने जला दिता है छोड़े दे एहसास ने जला दिता है। बड़िया एग्जाम्पल ने जिन्होंने पैसा पाए गुरदास जी ने एक थान बड़ी खूबसूरत एग्जाम्पल वरती है बड़ी विशेषता ना कहते प्रीतम परदेस गया ते अपने मालिक नू आत्मा चिट्ठी लिख दी है बिरहों का विछोड़ा है विछोड़े का दुख है विछोड़े की अग विच जली हुई पैसा मैंने बड़ी खूबसूरत गल कर मेरे है वियोग रोग सेहत रूप होए किरतास सेहत कहते हैं चिट्टे को किरतास कहते हैं कागज में कहते चिट्ठी लिखन लगी भावे एक जिन्होंने अस कहने कैफ है एक आजाद अंदाजा है लेकिन देखने बिरहों नाल किवें जोड़िया ने पैसा कहने लगे मन जिवें किसी के अंदर खून सुक जाए ना चिट्टा हो जाता है बग्गा हो जाता है कहने अज तो तू बग्गा हो गया तेरे अंदर खून ही नहीं रहा कहने लगे जदों उन्हें हाथ लाया ना कागज में चिट्ठी लिखने वास्ते कागज चुट्टा हो गया सेहत रूप हो किरदास कहने लगे जदों उन्हें हाथ पाया ना कलम नू कलम की छाती फट गई लेखन की छाती फटी भाईगुरदास जिन्नी लिखण के स्टाइल तो पुराने निब सन कलम सन उनके अगे चीर पाते सन निब भी अगों दो हिस्से होते सन जो कलम भी कटते सन अगे चीर पाते सन उन्हें एक एग्जाम्पल मैंने वर दिता कह लेखन की छाती फटी उनके अंदर का विछोड़े का दुख इन्ना सी कि लेखन जदों उन्हें उस कलम हाथ पाया उनकी छाती फट गई। फिर कहने लगे जो लिखन लगी उन्हें दुआत नू हाथ पाया उन्हें अंदर पई हुई जिहड़ी स्याही सी उहदे जल के काली हो गई काली स्याही हुंदी सी। देखो दे रहे ने एग्जाम्पल पैसा भाई गुरदास जी की पौड़ी पर कितनी खूबसूरत इस गल ते एग्जाम्पल दे रहे ने वक्खरी वक्खरी लिया कि विछोड़े का अंदर का दुख की है काली कोयल तू कित गुण काली अपने प्रीतम के हाँ बिर हो जा बिरहों विछोड़े का एहसास जड़ा है वो जीवन का एक हिस्सा है। दुखांत यह है कि अज मनुख रब नालों गुरु नालों विछड़िया होया है पर एहसास कोई नहीं।
एहसास ना होना एक आत्मा दे मर जान दी निशानी। बिरहा बिरहा किए बिरहा तुम सुल्तान, जित तन बिरहा ना उपजे, जिथे विछोड़े दा एहसास ना रहे, सो तन जान मसान। वो ते मुट घाट है, उत्थे आत्मा मरी हुई अंदर रहिंदी, उहनू अपने मालिक दे विछोड़े दा एहसास भी कोई नहीं। गुरु बख्शिश करे, असीं गुरु नाल रब नाल जुड़ के रहिए, उस दे विछोड़े दा एहसास सानू जगाई रखे। इन्हां शब्दां नाल फरमांदा जा चुका, फतेह बुलाओ, वाहिगुरु जी का खालसा, वाहिगुरु जी की।